ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹੱਲਾ ਤੀਜਾ। ਬੋ ਭੇਖ ਕਰ ਭਰਮਾਈਐ, ਮਨ ਹਿਰਦੈ ਕਪਟ ਕਮਾਏ। ਹਰ ਕਾ ਮਹਿਲ ਨ ਪਾਵਈ, ਮਰ ਵਿਸਟਾ ਮਾਹੇ ਸਮਾਏ। ਸਤਿਗੁਰ ਜੀ ਦੇ ਪਾਵਨ ਚਰਨਾਂ ਵਿੱਚ ਬਿਰਾਜਮਾਨ ਹੋ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਹਨ ਸ੍ਰੀ ਰਾਗ ਸ਼ਬਦ ਦੇ ਵਿੱਚ ਕਿ ਜੇ ਇਨਸਾਨ ਬਹੁਤ ਸਾਰੇ ਭੇਖ ਕਰ ਲਵੇ, ਧਾਰਮਿਕ ਭੇਖ ਲੋਕ ਬਣਾ ਲੈਂਦੇ ਹਨ। ਬਹੁ ਭੇਖ ਕਰ ਭਰਮਾਈ ਹੈ, ਬਹੁਤ ਸਾਰੇ ਭੇਖ ਬਣਾ ਕੇ, ਕਦੇ ਇਸ ਤਰ੍ਹਾਂ ਦਾ ਭੇਖ, ਕਦੇ ਉਸ ਤਰ੍ਹਾਂ ਦਾ ਭੇਖ, ਕਦੇ ਇੱਕ ਇਲਾਕੇ ਵਿੱਚ, ਕਦੇ ਦੂਜੇ ਇਲਾਕੇ ਵਿੱਚ ਉਹ ਘੁੰਮ ਰਹੇ ਹਨ। ਭਰਮਾਈ ਹੈ, ਘੁੰਮ ਰਹੇ ਹਨ, ਇੱਧਰ ਉੱਧਰ ਜਾ ਰਹੇ ਹਨ, ਤੁਰਦੇ ਫਿਰਦੇ ਹਨ, ਲੋਕਾਂ ਵਿੱਚ ਵਿਚਰ ਰਹੇ ਹਨ। ਮਨ ਹਿਰਦਾ ਕਪਟ ਕਮਾਏ, ਉੱਤੋਂ ਇੱਕ ਧਾਰਮਿਕ ਲਿਬਾਸ ਕੀਤਾ ਹੋਇਆ ਹੈ। ਕਈ ਤਰ੍ਹਾਂ ਦੇ ਧਾਰਮਿਕ ਲਿਬਾਸ ਕਰਦੇ ਹਨ, ਪਰ ਮਨ ਦੇ ਵਿੱਚ, ਹਿਰਦੇ ਦੇ ਵਿੱਚ, ਆਪਣੀ ਜ਼ਹਿਨੀਅਤ ਦੇ ਵਿੱਚ, ਆਪਣੀ ਸੋਚਣੀ ਦੇ ਵਿੱਚ ਕਪਟ ਹੈ, ਛਲ ਹੈ। ਅਤੇ ਉਹ ਛਲ ਅਤੇ ਕਪਟ ਇਹ ਭੇਖ ਕਰਕੇ, ਧਾਰਮਿਕ ਲਿਬਾਸ ਪਹਿਨ ਕੇ ਛਲ ਅਤੇ ਕਪਟ ਕਮਾ ਰਹੇ ਹਨ, ਲੋਕਾਂ ਨਾਲ ਛਲ ਅਤੇ ਕਪਟ ਕਰਦੇ ਹਨ, ਐਸੀ ਕਮਾਈ ਕਰੀ ਜਾਂਦੇ ਹਨ। ਹਰ ਕਾ ਮਹਿਲ ਨਾ ਪਾਵਈ, ਮਰ ਵਿਸਟਾ ਮਾਹੇ ਸਮਾਏ। ਐਸੇ ਲੋਕ ਹਰੀ ਦਾ ਘਰ ਪ੍ਰਾਪਤ ਨਹੀਂ ਕਰਦੇ। ਹਰ ਕਾ ਮਹਿਲ, ਹਰੀ ਦਾ ਘਰ, ਜਿੱਥੇ ਹਰੀ ਰਹਿੰਦਾ ਹੈ, ਉੱਥੇ ਹਰੀ ਦੇ ਮਹਿਲ ਵਿੱਚ ਪਹੁੰਚਣਾ, ਹਰੀ ਦੇ ਘਰ ਵਿੱਚ ਪਹੁੰਚਣਾ, ਹਰੀ ਦੇ ਵਿੱਚ ਸਮਾ ਜਾਣਾ, ਹਰੀ ਦੇ ਨਾਲ ਮਿਲ ਜਾਣਾ, ਇਹ ਸਾਡਾ ਜੀਵ ਆਤਮਾ ਦਾ ਓਬਜੈਕਟਿਵ ਹੈ, ਆਦਰਸ਼ ਹੈ। ਪਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਦੋਂ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਇੱਕ ਵਾਰੀ ਤੈਨੂੰ ਮਿਲੀ ਹੈ, ਇੱਕ ਮੌਕਾ ਮਿਲਿਆ ਹੈ, ਇੱਕ ਸੁਨਹਿਰੀ ਮੌਕਾ ਤੈਨੂੰ ਮਿਲਿਆ ਹੈ ਕਿ ਤੂੰ ਹਰੀ ਨਾਲ ਮਿਲ ਸਕਦਾ ਹੈ। ਇਹ ਤੇਰਾ ਆਦਰਸ਼ ਹੈ ਮਨੁੱਖਾ ਦੇਹੀ ਦਾ, ਮਨੁੱਖਾ ਜਨਮ ਦਾ। ਇਨ ਕੇਸ ਯੂ ਹੈਵ ਗਾਟ ਦੀ ਹਿਊਮਨ ਲਾਈਫ, ਯੂ ਗੈਟ ਐਨ ਅਪਰਚੁਨਿਟੀ, ਏ ਗੋਲਡਨ ਅਪਰਚੁਨਿਟੀ ਟੂ ਮੀਟ ਦੀ ਲਾਰਡ। ਐਂਡ ਫਾਰ ਮੀਟਿੰਗ ਲਾਰਡ, ਦਿਸ ਪੁਟਿੰਗ ਔਨ ਸੋ ਮੈਨੀ ਕੋਸਟਿਊਮਸ, ਸੋ ਮੈਨੀ ਕਾਇੰਡਸ ਆਫ ਕੋਸਟਿਊਮਸ ਔਨ ਅਵਰ ਬੋਡੀ, ਐਂਡ ਸ਼ੋਇੰਗ ਵਨ ਸੈਲਫ ਐਜ ਏ ਰਿਲੀਜੀਅਸ ਮੈਨ, ਐਂਡ ਦੈਨ ਵਾਂਡਰਿੰਗ ਫਰੋਮ ਵਨ ਪਲੇਸ ਟੂ ਅਨਦਰ ਔਨ ਦੀ ਅਰਥ, ਫਰੋਮ ਵਨ ਸਿਟੀ ਟੂ ਅਨਦਰ, ਫਰੋਮ ਵਨ ਵਿਲੇਜ ਟੂ ਅਨਦਰ, ਫਰੋਮ ਵਨ ਕੰਟਰੀ ਟੂ ਅਨਦਰ, ਫਰੋਮ ਵਨ ਸਟੇਟ ਟੂ ਅਨਦਰ। If one goes on wandering and wandering with the different religious costumes, he is not in a position to obtain the Lord's mention, which is the objective of the soul. To obtain Lord's mention, to reside, to be one with, to join the Supreme Soul is the objective. That objective is not being fulfilled by such actions, by having a different type of costumes on the body and wandering. And he has to be digested into ordure, manure. He will join manure, vista, ਗੰਦਗੀ, ਉਹ ਗੰਦਗੀ ਦੇ ਵਿੱਚ ਹੀ ਪੈ ਜਾਏਗਾ, ਗੰਦਗੀ ਵਿੱਚ ਸਮਾ ਜਾਏਗਾ, ਹਰੀ ਦਾ ਮਹਿਲ ਪ੍ਰਾਪਤ ਨਹੀਂ ਹੋਏਗਾ,
ਗੰਦਗੀ ਵਿੱਚ ਉਸਨੂੰ ਗੰਦਗੀ ਪ੍ਰਾਪਤ ਹੋਏਗੀ, ਗੰਦਗੀ ਵਿੱਚ ਆਵੇਗਾ, ਗੰਦਗੀ ਵਿੱਚ ਉਸਨੂੰ ਰਹਿਣਾ ਪਵੇਗਾ। ਹੀ ਵਿਲ ਹੈਵ ਟੂ ਰਿਜ਼ਾਈਡ ਇਨ ਔਰਡਿਓਰ ਇਨ ਟੂ ਮੈਨਿਓਰ, ਹੀ ਵਿਲ ਨਾਟ ਓਬਟੇਨ ਦ ਲਾਰਡਸ ਮੈਂਸ਼ਨ। ਮਨ ਰੇ ਗ੍ਰਹੀ ਮਹੇ ਉਦਾਸ, ਐ ਮੇਰੇ ਮਨ ਤੂੰ ਉਦਾਸ ਹੋਣਾ ਚਾਹੁੰਦਾ ਹੈ, ਸੰਨਿਆਸ ਲੈਣਾ ਚਾਹੁੰਦਾ ਹੈ, ਉਪਰਾਮ ਹੋਣਾ ਚਾਹੁੰਦਾ ਹੈ। ਚੰਗੀ ਗੱਲ ਹੈ, ਮਾੜੀ ਨਹੀਂ, ਪਰ ਤਨ ਕਰਕੇ ਨਹੀਂ, ਭੌਤਿਕ ਪਦਾਰਥਾਂ ਕਰਕੇ ਨਹੀਂ, ਮਨ ਕਰਕੇ ਸੰਨਿਆਸੀ ਹੋ। ਤੇਰਾ ਸਰੀਰ ਸੰਨਿਆਸੀ ਨਾ ਹੋਵੇ, ਤੇਰਾ ਮਨ ਸੰਨਿਆਸੀ ਹੋਵੇ। ਮਨ ਕਰਕੇ ਤੂੰ ਸੰਨਿਆਸ ਲੈ ਲੈ, ਭਾਵ ਕਿ ਤੂੰ ਪਦਾਰਥਾਂ ਨਾਲੋਂ ਮੋਹ ਛੱਡ ਦੇ। ਪਦਾਰਥਾਂ ਦੇ ਵਿੱਚ ਰਹਿੰਦਾ ਹੋਇਆ ਵੀ ਪਦਾਰਥਾਂ ਤੋਂ ਨਿਰਲੇਪ ਹੋ ਜਾ। ਅੰਜਨ ਮਹਿ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਪਾਈ ਹੈ। ਅੰਜਨ ਦੇ ਵਿੱਚ ਨਿਰੰਜਨ ਹੋ ਜਾ। ਯੂ ਬਿਕਮ ਡਿਟੈਚਡ ਫਰੋਮ ਦੀ ਵਰਲਡਲੀ ਅਫੇਅਰਸ ਐਜ ਫਾਰ ਐਜ ਮਾਇੰਡ ਇਜ਼ ਕੰਸਰਨਡ, ਫਰੋਮ ਐਟ ਦੀ ਮੈਂਟਲ ਲੈਵਲ। ਐਟ ਦੀ ਮੈਂਟਲ ਲੈਵਲ ਯੂ ਗੈਟ ਡਿਟੈਚਮੈਂਟ ਫਰੋਮ ਦੀ ਵਰਲਡਲੀ ਅਫੇਅਰਸ, ਨਾਟ ਬੋਡੀਲੀ, ਨਾਟ ਫਿਜ਼ੀਕਲੀ, ਨਾਟ ਬੋਡੀਲੀ। ਇਟ ਸ਼ੁੱਡ ਬੀ ਐਟ ਦੀ ਮੈਂਟਲ ਲੈਵਲ। ਐਟ ਦੀ ਮੈਂਟਲ ਲੈਵਲ ਯੂ ਸ਼ੁੱਡ ਹੈਵ ਏ ਡਿਟੈਚਮੈਂਟ। ਮਨ ਮੇਰੇ ਗ੍ਰਹੀ ਮਹਿ ਉਦਾਸ, ਗ੍ਰਹਿ ਘਰ ਵਿੱਚ, ਆਪਣੇ ਘਰ ਵਿੱਚ, ਐਟ ਯੂਅਰ ਓਨ ਹੋਮ, ਇਨ ਯੂਅਰ ਓਨ ਬੋਡੀ, ਇਨ ਯੂਅਰ ਓਨ ਸਰੀਰ, ਇਨ ਯੂਅਰ ਓਨ ਬੋਡੀ, ਆਪਣੇ ਸਰੀਰ ਦੇ ਵਿੱਚ ਹੀ, ਆਪਣੀ ਦੇਹ ਦੇ ਵਿੱਚ, ਆਪਣੀ ਆਪਣੀ ਦੇਹ ਦੇ ਵਿੱਚ, ਆਪਣੀ ਕਾਇਆ ਦੇ ਵਿੱਚ, ਆਪਣੇ ਘਰ ਦੇ ਵਿੱਚ, ਇਨ ਯੂਅਰ ਬੋਡੀ, ਇਨ ਯੂਅਰ ਹੋਮ, ਯੂ ਕੈਨ ਓਬਟੇਨ ਸੱਚ ਟਾਈਪ ਆਫ ਡਿਟੈਚਮੈਂਟ। ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪਰਗਾਸ। ਇਹ ਜੋ ਸੱਚ ਹੈ, ਸੱਚਾਈ ਔਰ ਸੰਜਮ, ਆਪਣੀਆਂ ਇੰਦਰੀਆਂ ਨੂੰ ਰੋਕਣਾ ਕੁਕਰਮਾਂ ਤੋਂ, ਵਿਸ਼ੇ ਵਿਕਾਰਾਂ ਤੋਂ ਆਪਣੀਆਂ ਇੰਦਰੀਆਂ ਨੂੰ ਰੋਕਣਾ, ਇਹ ਹੈ ਸੰਜਮ। ਸੱਚ ਹੈ ਸੱਚਾਈ, ਕਰਨੀ ਜੋ ਐਕਸ਼ਨਸ ਹਨ, ਸਾਡੇ ਅਮਲ ਹਨ। ਇੱਕ ਇਨਸਾਨ ਸੱਚੇ ਅਮਲ ਤਾਂ ਕਰ ਸਕਦਾ ਹੈ, ਉਹ ਸੱਚਮੁੱਚ ਆਪਣੀਆਂ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਤੋਂ ਰੋਕ ਸਕਦਾ ਹੈ। ਕਿਸ ਤਰ੍ਹਾਂ? ਸੱਚ ਸੰਜਮ ਕਰਨੀ ਸੋ ਕਰੇ, ਉਹੀ ਕਰ ਸਕਦਾ ਹੈ। ਕੌਣ? ਗੁਰਮੁਖ ਹੋਏ ਪਰਗਾਸ, ਜਿਹੜਾ ਗੁਰਮੁਖ ਹੋ ਜਾਵੇ, ਗੁਰੂ ਦੇ ਸਨਮੁਖ ਹੋ ਜਾਵੇ, ਜੋ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਆਖੇ ਲੱਗੇ, ਜੋ ਗੁਰਦੱਸੈ ਵਾਟ ਮੁਰੀਦਾ ਜੋਲੀਏ, ਉਹ ਗੁਰਮੁਖ ਹੈ। ਅਤੇ ਗੁਰਮੁਖ ਜੋ ਹੈ, ਉਸ ਦੇ ਅੰਦਰ ਇੱਕ ਚਾਨਣ ਪੈਦਾ ਹੁੰਦਾ ਹੈ, ਗਿਆਨ ਦਾ ਚਾਨਣ। ਸਤਿਗੁਰੂ ਦੇ ਸ਼ਬਦ ਤੋਂ, ਸਤਿਗੁਰੂ ਜੋ ਨਾਮ ਬਖਸ਼ਿਸ਼ ਕਰਦੇ ਹਨ, ਸ਼ਬਦ ਬਖਸ਼ਿਸ਼ ਕਰਦੇ ਹਨ, ਸਿੱਖਿਆ ਬਖਸ਼ਿਸ਼ ਕਰਦੇ ਹਨ, ਉਸ ਦੇ ਨਾਲ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਅਤੇ ਜੋ ਐਸਾ ਇਨਸਾਨ ਜੋ ਗੁਰਮੁਖ ਹੋ ਜਾਂਦਾ ਹੈ, ਜਿਸ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ, ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹ ਇਹੋ ਜਿਹੇ ਅਮਲ ਕਰਦਾ ਹੈ, ਉਹ ਸੱਚੇ ਸੁੱਚੇ ਅਮਲ ਕਰਦਾ ਹੈ, ਉਹ ਸੰਜਮੀ ਹੋ ਜਾਂਦਾ ਹੈ, ਉਹ ਆਪਣੇ ਆਪ ਨੂੰ ਵਿਸ਼ੇ ਵਿਕਾਰਾਂ ਤੋਂ ਰੋਕ ਲੈਂਦਾ ਹੈ। ਸੱਚ ਏ ਪਰਸਨ ਹੂ ਬਿਕਮਸ ਏ ਗੁਰੂ ਵਰਡ, ਹੂ ਐਕਟਸ ਇਨ ਹਿਸ ਲਾਈਫ ਅਕਾਰਡਿੰਗ ਟੂ ਦੀ ਇੰਸਟਰਕਸ਼ਨਸ ਆਫ ਦੀ ਗੁਰੂ, ਹੀ ਕੈਨ ਪ੍ਰੈਕਟਿਸ ਟਰੁੱਥ, ਹੀ ਕੈਨ ਬੀ ਇਨ ਏ ਪੋਜੀਸ਼ਨ ਟੂ ਕੰਟਰੋਲ ਵਟ ਐਵਰ ਹੈਪਨਸ ਇਨ ਦੀ ਮਾਇੰਡ, ਵਟ ਐਵਰ ਨੈਗੇਟਿਵਿਟੀਜ਼ ਕਮ ਇਨ ਦੀ ਮਾਇੰਡ, ਐਂਡ ਹੀ ਕੈਨ ਹੈਵ ਏ ਕੰਟਰੋਲ ਔਨ ਵਨ ਸੈਲਫ। ਸੰਜਮ
He is a self-controlled person and he can do true actions. He can obtain truth, who becomes Guru-ward and acts according to the instructions, teachings of the Guru. Rahao, thehrao, pause. Gur ka sabad man jitya gat mukat karai mai paaye. Jadon Guru da shabad insaan lenda hai, usnu apne man vich basaunda hai, usnu samjhda hai. Sadh Sangat ji, Guru de shabad nu padhan di, phir isnu samjhan di, phir isnu man vich vasaun di, phir amal karan di lod hai. Te jada insaan Guru de shabad nu samjhda hai, sunda hai, samjhda hai, man vich vasaunda hai, te phir apne man nu jit lenda hai shabad di bakhshish naal. Man jo bada chanchal hai, jo insaan nu parmai firda hai, ਇੱਧਰ ਉੱਧਰ ਭਟਕਦਾ ਫਿਰਦਾ ਹੈ ਮਨ ਦੇ ਕਾਰਨ, ਉਸ ਮਨ ਨੂੰ ਜਦੋਂ ਇਹ ਜਿੱਤ ਲੈਂਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ, ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੇ ਮੈਂ ਪਾਏ, ਐਸੇ ਇਨਸਾਨ ਨੂੰ ਮੁਕਤੀ ਕਰ ਬੈਠਿਆਂ ਹੀ ਇਸ ਨੂੰ ਗਤ ਪ੍ਰਾਪਤ ਹੁੰਦੀ ਹੈ, ਮੁਕਤੀ ਪ੍ਰਾਪਤ ਹੁੰਦੀ ਹੈ ਆਪਣੇ ਘਰ ਵਿੱਚ ਹੀ, ਆਪਣੇ ਸਰੀਰ ਦੇ ਵਿੱਚ ਹੀ, ਆਪਣੀ ਦੇਹ ਦੇ ਵਿੱਚ ਹੀ, ਆਪਣੇ ਘਰ ਵਿੱਚ ਹੀ ਪ੍ਰਾਪਤੀ ਹੋ ਜਾਂਦੀ ਹੈ. ਵਨ ਹੂ ਅੰਡਰਸਟੈਂਡਸ ਦੀ ਵਰਡ ਸ਼ਬਦ ਟੀਚਿੰਗਸ ਆਫ ਗੁਰੂ, ਕੀਪਸ ਦੀ ਸੇਮ ਇਨ ਮਾਇੰਡ ਐਂਡ ਕੌਂਕਰਸ ਹਿਜ ਮਾਇੰਡ, ਵਨ ਹੂ ਕੌਂਕਰਸ ਵਨਸ ਮਾਇੰਡ, ਦੈਨ ਹੀ ਇਜ਼ ਇਨ ਏ ਪੋਜੀਸ਼ਨ ਟੂ ਗੈਟ salvation and deliverance in the home, in the body itself. Har ka naam tyai hai sat sangat mel milaye. Jadon hari de naam di tyamna kiti jandi hai, hari de naam wal dhyan jodya janda hai, jadon sat sangat de vich baith ke sat sang karde haan, ta odon eh mel milda hai, eh prapti hundi hai. One who concentrates on the holy name in the congregation of saints, he is in a position to meet the Lord. Je lakh istriyan bhog kare nav khand raj kamaye. If there is somebody who is very rich, very very wealthy, that he is in a position to have relations with the hundred thousands of women, and he is in a position to control, administer, rule the entire world, the nine parts of the world, the entire world. He is so powerful a person, he is ruling the entire world. Je ik aisa insaan jo lakhan istriyan naal bhog karda hai, itna usdi position hai, rutba hai, ode kol itna dhan hai, itni taakat hai ਸਰੀਰਕ ਅਤੇ ਆਰਥਿਕ ਅਤੇ ਪਾਵਰ, ਪੋਲੀਟੀਕਲ ਪਾਵਰ, ਰਾਜਸੀ ਪਾਵਰ ਉਹਦੇ ਕੋਲ ਇਤਨੀ ਜ਼ਿਆਦਾ ਹੈ, ਸਾਰੀ ਦੁਨੀਆਂ 'ਤੇ ਉਹ ਰਾਜ ਕਰਦਾ ਹੈ. ਬਿਨ ਸਤਿਗੁਰ ਸੁੱਖ ਨਾ ਪਾਵਈ ਫਿਰ ਜੋ ਨਹੀਂ ਪਾਏ. ਐਸਾ ਇਨਸਾਨ ਵੀ ਜੋ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਗੁਰੂ ਨੂੰ ਧਾਰਨ ਨਹੀਂ ਕਰਦਾ, ਗੁਰੂ ਵਾਲਾ ਨਹੀਂ ਬਣਦਾ, ਉਸਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਚੈਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਅਤੇ ਉਹ ਮੁੜ ਮੁੜ ਕੇ ਜੋਨੀਆਂ ਭੁਗਤਦਾ ਹੈ. ਇਫ ਸਮ ਸੱਚ ਏ ਪਰਸਨ ਹੂ ਇਜ਼ ਸੋ ਪਾਵਰਫੁਲ, ਸੋ ਰਿਚ ਏ ਪਰਸਨ, ਇਫ ਡਜ਼ ਨਾਟ ਮੀਟ ਦੀ ਟਰੂ ਗੁਰੂ, ਹੀ ਵਿਲ ਬੀ ਇਨ ਟ੍ਰਾਂਸਮਾਈਗ੍ਰੇਸ਼ਨ ਆਲਵੇਸ. ਹਰ ਹਾਰ ਕੰਠ ਜਿੰਨੀ ਪੈਰਿਆ ਗੁਰ ਚਰਨੀ ਚਿਤ ਲਾਏ. ਲੇਕਿਨ ਐਸੇ ਇਨਸਾਨ ਜਿਨ੍ਹਾਂ ਨੇ ਹਰੀ ਦੇ ਨਾਮ ਦੀ ਮਾਲਾ ਆਪਣੇ ਗਲ ਵਿੱਚ ਪਾ ਲਈ ਹੈ ਅਤੇ ਗੁਰੂ ਦੇ ਚਰਨਾਂ ਨਾਲ ਆਪਣਾ ਚਿੱਤ ਜੋੜ ਕੇ ਰੱਖਦੇ ਹਨ, ਪੀਪਲ ਹੂ ਹੈਵ ਇਨ ਦੇਅਰ ਨੈਕ ਏ ਨੈਕਲੈਸ ਆਫ ਦੀ ਹੋਲੀ ਨੇਮ, ਐਂਡ ਦੋਜ ਹੂ ਕੰਸਨਟ੍ਰੇਟ ਟੂ ਵਾਸ ਦੀ ਹੋਲੀ ਫੀਟ ਆਫ ਦੀ ਲਾਰਡ,
ਤਿੰਨਾਂ ਪਿੱਛੇ ਰਿੱਦ ਸਿੱਧ ਫਿਰੈ ਉਹਨਾਂ ਤਿਲ ਨ ਤਮਾਏ। ਉਹਨਾਂ ਦੇ ਪਿੱਛੇ ਰਿੱਧਾਂ ਸਿੱਧਾਂ ਜਿਹੜੀਆਂ ਸ਼ਕਤੀਆਂ ਹਨ ਪਿੱਛੇ ਉਹਨਾਂ ਦੇ ਫਿਰਦੀਆਂ ਹਨ, ਭਾਵੇਂ ਉਹਨਾਂ ਨੂੰ ਕੋਈ ਇੱਛਾ ਨਹੀਂ ਹੈ। ਇੱਕ ਤਿਲ ਜਿੰਨੀ ਵੀ ਉਹਨਾਂ ਨੂੰ ਇੱਛਾ ਨਹੀਂ ਹੈ ਰਿੱਧਾਂ ਸਿੱਧਾਂ ਦੀ, ਸ਼ਕਤੀਆਂ ਦੀ, ਪਰ ਉਹ ਸ਼ਕਤੀਆਂ ਇਹਨਾਂ ਲੋਕਾਂ ਦੇ ਪਿੱਛੇ ਫਿਰਦੀਆਂ ਹਨ। ਦੋ ਦੇ ਹੈਵ ਨਾਟ ਐਨੀ ਡਿਜ਼ਾਇਰ ਇਸ ਟੂ ਦੀ ਐਕਸਟੈਂਟ ਆਫ ਅ ਸੀ ਸੇਮ ਈਵਨ ਦੈਨ ਦੀ ਓਕਲਟ ਪਾਵਰਸ ਦੀ ਸੁਪਰ ਨੈਚੁਰਲ ਪਾਵਰਸ ਆਰ ਆਫਟਰ ਦੈਮ ਦੋ ਦੇ ਡੂ ਨਾਟ ਕੇਅਰ ਫਾਰ ਦੈਮ ਦੇ ਡੋਂਟ ਕੇਅਰ ਫਾਰ ਇਟ ਦੇ ਡੋਂਟ ਹੈਵ ਅ ਡਿਜ਼ਾਇਰ ਫਾਰ ਇਟ ਬਟ ਦੀਜ ਓਕਲਟ ਪਾਵਰਸ ਸੁਪਰ ਨੈਚੁਰਲ ਪਾਵਰਸ ਆਰ ਆਫਟਰ ਦੈਮ ਜੋ ਪ੍ਰਭ ਭਾਵੈ ਸੋ ਥੀਐ ਅਵਰ ਨਾ ਕਰਨਾ ਜਾਏ। ਜੋ ਕੁਝ ਹੁੰਦਾ ਹੈ ਵਾਪਰਦਾ ਹੈ ਉਹ ਹਰੀ ਦੇ ਹੁਕਮ ਵਿੱਚ ਹੀ ਵਾਪਰਦਾ ਹੈ, ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਵਾਪਰਦਾ ਹੈ। ਜੋ ਪ੍ਰਭ ਭਾਵੈ ਸੋ ਥੀਐ ਅਵਰ ਨਾ ਕਰਨਾ ਜਾਏ, ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੋ ਸਕਦਾ, ਹੋਰ ਕੁਛ ਵੀ ਹੋ ਨਹੀਂ ਸਕਦਾ, ਉਹੀ ਹੁੰਦਾ ਹੈ ਜੋ ਹਰੀ ਦਾ ਹੁਕਮ ਹੁੰਦਾ ਹੈ। ਨਥਿੰਗ ਐਲਸ ਕੈਨ ਹੈਪਨ, ਵਟ ਐਵਰ ਹੈਪਨਸ ਦੈਟ ਇਜ਼ ਅਕੋਰਡਿੰਗ ਟੂ ਦੀ ਓਰਡਨ ਦੀ ਆਰਡਰ ਆਫ ਦੀ ਲਾਰਡ। ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ। ਜਨ ਨਾਨਕ ਜੋ ਸੇਵਕ ਨਾਨਕ, ਸਤਿਗੁਰੂ ਜੀ ਆਪਣੇ ਆਪ ਨੂੰ ਸੇਵਕ ਦੱਸਦੇ ਹਨ, ਜੀਵੈ ਨਾਮ ਲੈ, ਜੇ ਕਿਸ ਤਰ੍ਹਾਂ ਜੀ ਰਿਹਾ ਹੈ ਸੇਵਕ, ਕਿਸ ਤਰ੍ਹਾਂ ਜੀ ਰਿਹਾ ਹੈ ਤੇਰਾ ਨਾਮ ਲੈ ਕੇ, ਜੋ ਤੂੰ ਸਹਿਜ ਸੁਭਾਅ ਹੀ ਬਖਸ਼ਿਸ਼ ਕਰ ਦਿੰਦਾ ਹੈ। ਸਹਿਜ ਸੁਭਾਅ ਜੋ ਸਹਿਜ ਸੁਭਾਅ ਹੀ ਤੈਨੂੰ ਪ੍ਰਾਪਤ ਇਹਨੇ ਨੈਚੁਰਲ ਕੋਰਸ, ਜੋ ਤੂੰ ਵਟ ਐਵਰ ਯੂ ਗਿਵ ਇਨ ਏ ਨੈਚੁਰਲ ਕੋਰਸ ਸਹਿਜ ਸੁਭਾਅ ਹੀ ਤੂੰ ਦੇ ਦਿੰਦਾ ਹੈ। ਸੇਵਕ ਉਸ ਨਾਮ ਨੂੰ ਲੈ ਕੇ ਜੀ ਰਿਹਾ ਹੈ। ਦ ਸਰਵੈਂਟ ਇਜ਼ ਲਿਵਿੰਗ, ਟੇਕਿੰਗ ਏ ਬ੍ਰੀਥ, ਇਟਸ ਲਿਵਿੰਗ ਬਾਈ ਰੈਪੂਟੇਸ਼ਨ ਆਫ ਦੀ ਹੋਲੀ ਨੇਮ। ਆਲਵੇਜ਼ ਹੀ ਇਜ਼ ਮੈਡੀਟੇਟਿੰਗ ਔਨ ਹੋਲੀ ਨੇਮ ਐਂਡ ਦਿਸ ਇਜ਼ ਲਾਈਫ ਆਫ ਸਰਵੈਂਟ ਨਾਨਕ। ਇਹ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਇਹੀ ਮੇਰੀ ਜ਼ਿੰਦਗੀ ਹੈ, ਜੋ ਤੇਰਾ ਨਾਮ ਮੈਂ ਲੈ ਰਿਹਾ ਹਾਂ ਅਤੇ ਉਹ ਨਾਮ ਤੇਰੇ ਤੋਂ ਹੀ ਪ੍ਰਾਪਤ ਹੁੰਦਾ ਹੈ ਅਤੇ ਤੂੰ ਉਹ ਸਹਿਜ ਸੁਭਾਅ ਮੈਨੂੰ ਇਸ ਨਾਮ ਦੀ ਬਖਸ਼ਿਸ਼ ਕਰ ਰਿਹਾ ਹੈ। ਤਾਂ ਸਾਧ ਸੰਗਤ ਜੀ ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਹੋਈਆਂ ਭੁੱਲਾਂ ਚੁੱਕਾਂ ਉਕਾਈਆਂ ਅੱਖਰਵਾਦ ਘਾਟ ਮਾਫ਼ ਕਰਨਾ ਜੀ, ਆਪ ਬਖਸ਼ਣ ਯੋਗ ਹੋ। ਆਓ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।